ਬਹੁਤ ਸਾਰੇ ਕੰਮ ਇਹਦੇ ਹੋਏ ਨੇ ਕਿਤੇ। ਆ ਤੁਹਾਡੇ ਸਾਹਮਣੇ ਇੱਕ ਵਾਰ ਨਿਗਾਹ ਮਾਰ ਲਓ ਬਾਈ, ਪਿੰਡ ਪੁੰਡ ਤੇ ਵੀ ਨਿਗਾਹ ਮਾਰ ਲਓ, ਊਂ ਵੀ ਨਿਗਾਹ ਮਾਰ ਲਓ। ਇੱਕ ਬਾਈ ਆ ਨਿਊ MRF ਦੇ, ਨਿਊ ਹੋਲੈਂਡ ਦੇ ਹਾਰ ਟਾਇਰ ਨੇਗੇ। ਟਾਇਰ ਤੁਹਾਡੇ ਸਾਹਮਣੇ ਨੇ, ਦੇਖੋ ਕਿੰਨੀ ਇਹਦੀ ਗੁੱਡੀ ਪਈ ਆ। MRF ਦੇ ਟਾਇਰ ਨੇ ਇਹਦੇ, ਅਸੀਂ ਨਵੇਂ ਟਾਇਰ ਪਾਉਣੇ ਨੇ ਬ੍ਰੈਂਡ ਨਿਊ। ਅਤੇ ਜੇ ਕਿਸੇ ਨੂੰ ਇਹ ਟਾਇਰ ਚਾਹੀਦੇ ਨੇਗੇ ਤਾਂ ਟਾਇਰ ਚਾਰੇ ਜੋੜਾ MRF ਦਾ। ਹਾਂ ਵੀ ਜਿਹੜਾ ਕੁਛ ਉਹ ਨਹੀਂ ਕਰ ਸਕੇ, ਹਾਂ ਹਾਂ, ਮੇਰੇ ਬੱਚਿਆਂ ਲਈ, ਮੇਰੇ ਦੋਨੋਂ ਬੇਟਿਆਂ ਲਈ, ਸਿੱਧੂ ਮੂਸੇਵਾਲਾ ਕਰ ਗਿਆ। ਸਹੀ ਗੱਲ। ਤੇ ਮੈਂ ਤਾਂ ਕਹਿੰਦਾ ਵੀ ਉਹ ਕਹਿੰਦੇ ਨੇ ਵੀ ਦੁਨੀਆਂ ਤੋਂ ਚਲਾ ਗਿਆ, ਪਰ ਦੁਨੀਆਂ ਤੋਂ ਜਾਣਾ ਨਹੀਂ, ਉਹ ਅਮਰ ਹੋ ਗਿਆ ਤੇ ਅਮਰ ਹੀ ਰਹਿਣਾ, ਅਮਰ ਹੀ ਰਹਿਣਾ। ਦੇਖੋ ਇਹਨਾਂ ਇਹਨਾਂ ਵਰਗੇ ਇਹਨਾਂ ਦੇ ਰੂਪ ਚ ਰਹਿਣਾ। ਇਹਨਾਂ ਨੂੰ ਤਾਂ ਫਿਰ ਕਹਿ ਕੇ ਗਿਆ ਸੀਗਾ ਵੀ ਮੇਰੇ ਗਾਣੇ ਘੱਟ ਸੁਣ ਲਿਓ, ਪਰ ਪੱਗ ਵਾਲਾਂ ਤੇ ਕੈਂਚੀ ਨਹੀਂ ਲੱਗਣੀ ਚਾਹੀਦੀ। ਹਾਂ ਬਿਲਕੁਲ ਜੀ। ਤੇ ਬੰਦਿਆਂ ਨੇ ਬਾਈ ਰੱਖ ਲਈ, ਤੇ ਫੋਟੋ ਅੱਗੇ ਦੇਖੋ ਤੁਸੀਂ ਜਵਾਕਾਂ ਦੀ ਜੀ। ਕਿਸੇ ਨੇ ਫੋਰਡ 3600, ਕੋਈ ਵੀ ਟਰੈਕਟਰ, ਫੋਰਡ 3600 ਨਿਕਲਾ, ਕੋਈ ਵੀ ਟਰੈਕਟਰ ਮੋਡੀਫਾਈ ਸਾਡੇ ਤੋਂ ਕਰਾਉਣਾ ਹੈਗਾ ਜਾਂ ਕੱਲ ਤੇ। ਹਾਂਜੀ ਦੋਸਤੋ, ਜ਼ਿੰਦਗੀ ਦੀਆਂ ਖੇਡਾਂ ਦੇ ਵਿੱਚ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਕੰਮਕਾਰਾਂ ਦੀ ਅਪਡੇਟ ਦਿੰਦੇ, ਇੱਕ ਫੋਰਡ 3000 ਪੇਂਟ ਹੋ ਚੁੱਕਿਆ ਹੈਗਾ, ਅਤੇ ਫੋਰਡ 3630 ਵੀ ਪੇਂਟ ਦੇ ਉੱਤੇ ਲੱਗਿਆ ਹੋਇਆ ਹੈਗਾ, ਅਤੇ ਇੱਕ ਫੋਰਡ 3620 ਆ ਉਹਦਾ ਗੇਅਰ ਬੰਨਿਆ ਗਿਆ ਹੈਗਾ, ਅਤੇ ਫੋਰਡ 3600 ਸੈਂਡ ਬਲਾਸਟ ਹੋ ਚੁੱਕਿਆ ਹੈਗਾ। ਇੱਕ ਦੋ ਫੋਰਡ 3000 ਆਪਾਂ ਨੇ, ਜੇ ਕਿਸੇ ਨੇ ਫੋਰਡ 3000 ਲੈਣਾ ਬਾਈ ਸਾਡੇ ਨਾਲ ਸੰਪਰਕ ਕਰਿਓ। ਹੋਰ ਤਾਂ ਫੋਰਡ 3000 ਆਪਾਂ ਲੈ ਕੇ ਆ ਰਹੇ ਹਾਂ ਇੱਕ ਦੋ। ਅਤੇ ਕੋਈ ਵੀ ਟਰੈਕਟਰ ਕਿਸੇ ਨੇ ਵੇਚਣਾ, ਕੋਈ ਵੀ ਟਰੈਕਟਰ ਕਿਸੇ ਨੇ ਲੱਭਣਾ ਆਪਣਾ ਪੁਰਾਣਾ, ਕੋਈ ਵੀ ਟਰੈਕਟਰ ਕਿਸੇ ਨੇ ਆਪਣਾ ਲੈਣਾ, ਕੋਈ ਖਰੀਦਣਾ, ਕਿਸੇ ਨੇ ਪੁਰਾਣਾ 3000 ਖਰੀਦਣਾ, ਕੋਈ ਵੀ ਖਰੀਦਣਾ ਹੈ ਨਾ, ਫੋਰਡ 3600 ਖਰੀਦਣਾ, ਤਾਂ ਸਾਨੂੰ ਤੁਸੀਂ ਨੋਟ ਕਰਾ ਸਕਦੇ ਹੋਗੇ, ਠੀਕ ਹੈ। ਪਰ ਲੈਣ ਦੀ ਸਲਾਹ ਹੋਵੇ ਪੂਰੀ ਬਾਈ, ਉਹੀ ਨੋਟ ਕਰਾਇਓ ਨਾ, ਐਵੇਂ ਟਾਈਮ ਖਰਾਬ ਕਰਨ ਵਾਲੇ ਕੋਈ ਨੋਟ ਨਾ ਕਰਾਇਓ। ਜਾਂ ਕੋਈ ਕਿਸੇ ਨੇ ਆਪਦਾ ਪੁਰਾਣਾ ਲੱਭਣਾ, ਉਹ ਸਾਨੂੰ ਨੋਟ ਕਰਾ ਸਕਦੇ ਨੇ। ਆਉਣ ਵਾਲੀਆਂ ਵੀਡੀਓਜ਼ 'ਚ ਬਹੁਤ ਕੁਛ ਹੋਣ ਵਾਲਾ ਹੈਗਾ, ਪੁਰਾਣੇ ਜਿਨ੍ਹਾਂ ਦੇ ਗੁੰਮੇ ਹੋਏ ਨੇ ਉਹ ਵੀ ਲੱਭਣ ਦੀ ਕੋਸ਼ਿਸ਼ ਕਰਾਂਗੇ, ਅਤੇ ਜਿਨ੍ਹਾਂ ਨੇ ਨਵੇਂ ਫੋਰਡ 3000 ਕੋਈ ਲੈਣੇ ਨੇ, ਮੋਡੀਫਾਈ ਕਰਵਾਉਣੇ ਨੇ ਪੁਰਾਣੇ ਲੈ ਕੇ, ਉਹ ਵੀ ਪੂਰੀ ਕੋਸ਼ਿਸ਼ ਕਰਾਂਗੇ। ਨਾਲ ਬਣੇ ਰਹੋ, ਚੈਨਲ ਸਬਸਕ੍ਰਾਈਬ ਕਰ ਦਿਓ, ਅਤੇ ਆਪਾਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ। ਪਹਿਲਾਂ ਚਮਕ ਦਾ ਫੋਰਡ 3000 ਦਿਖਾਉਣਾ, 3000 ਛੱਡੋ, ਠੀਕ ਹੈ। 3000 ਦਾ ਰੌਲਾ ਬਹੁਤ ਪੈ ਜਾਂਦਾ, ਜਦੋਂ ਮੈਂ 3000 ਦੀ ਇੱਕ ਵੀਡੀਓ ਪਾ ਦੇਣਾ ਨਾ ਬਾਈ, ਤਾਂ ਬਹੁਤ ਸਾਰੀਆਂ ਕਾਲਸ ਆ ਜਾਂਦੀਆਂ ਨੇ, ਅਤੇ ਉਹ ਨਾਲ ਦੀ ਨਾਲ ਸੇਲ ਹੋ ਜਾਂਦਾ। ਫੋਰਡ 3600 ਦਿਖਾਉਣਾ ਤੁਹਾਨੂੰ, ਪਹਿਲਾਂ ਪੇਂਟ ਹੋਇਆ ਹੋਇਆ। ਕਿਸੇ ਨੇ ਫੋਰਡ 3600, ਕੋਈ ਵੀ ਟਰੈਕਟਰ, ਫੋਰਡ 3600 ਨਿਕਲਾ, ਕੋਈ ਵੀ ਟਰੈਕਟਰ ਮੋਡੀਫਾਈ ਸਾਡੇ ਤੋਂ ਕਰਾਉਣਾ ਹੈਗਾ ਜਾਂ ਇਕੱਲਾ ਪੇਂਟ ਕਰਾਉਣਾ ਹੈਗਾ, 3630 ਆ ਜਿਵੇਂ ਲੱਗਿਆ ਹੋਇਆ ਪੇਂਟ 'ਤੇ, ਤਾਂ ਸਕਰੀਨ ਦੇ ਉੱਤੇ ਨੰਬਰ ਆ ਰਹੇ ਨੇ ਸਾਡੇ ਨਾਲ, ਤੁਸੀਂ ਸੰਪਰਕ ਕਰ ਸਕਦੇ ਹੋ। ਆਹ ਫੋਰਡ 3600 ਤੇਲ ਬ੍ਰੇਕਾਂ ਵਾਲਾ, ਇਹ ਮੋਡੀਫਾਈ ਕੀਤਾ ਅਤੇ ਪੇਂਟ ਕੀਤਾ ਅੱਜ ਆਪਾਂ ਨੇ। ਆਇਲ ਬ੍ਰੇਕ, ਡੂਅਲ ਕਲੱਚ, ਪਾਵਰ ਸਟੀਅਰਿੰਗ, ਗੇਅਰ ਸਾਰਿਆ, ਪਿੱਛੇ ਤੇਲ ਬ੍ਰੇਕਾਂ, ਲਿਫਟ ਵੱਡੀ, ਬਹੁਤ ਸਾਰੇ ਕੰਮ ਇਹਦੇ ਹੋਏ ਨੇ ਕਿਤੇ। ਆ ਤੁਹਾਡੇ ਸਾਹਮਣੇ ਇੱਕ ਵਾਰ ਨਿਗਾਹ ਮਾਰ ਲਓ ਬਾਈ, ਪਿੰਡ ਪੁੰਡ 'ਤੇ ਵੀ ਨਿਗਾਹ ਮਾਰ ਲਓ, ਊਂ ਵੀ ਨਿਗਾਹ ਮਾਰ ਲਓ, ਹੈ ਨਾ। ਕਿਵੇਂ ਲੱਗ ਰਿਹਾ ਕਮੈਂਟ ਕਰਕੇ ਦੱਸਿਓ। ਜੇ ਕਿਸੇ ਨੇ ਪੇਂਟ ਕਰਾਉਣਾ ਸਾਡੇ ਤੋਂ, ਥੋੜ੍ਹੇ ਜਿਹੇ ਪੈਸੇ ਤਾਂ ਵੱਧ ਲੱਗ ਜਾਂਦੇ ਨੇ, ਪਰ ਚੀਜ਼ ਦੀ ਥੋੜ੍ਹੀ ਗੱਲ ਬਣਾ ਦਾਂਗੇ ਬਾਈ। ਆਮ ਨਾਲੋਂ ਤੁਹਾਨੂੰ ਲੱਗਦਾ ਥੋੜ੍ਹੇ ਨੂੰ, ਪਰ ਬਹੁਤਿਆਂ ਨਾਲੋਂ ਬਹੁਤ ਸਸਤਾ ਕੰਮ ਹੈਗਾ। ਚੀਜ਼ ਦੀ ਥੋੜ੍ਹੀ ਗੱਲ ਬਣਾ ਦਾਂਗੇ, ਲਾਈਵ ਬਣਾ ਦਾਂਗੇ, ਲਾਈਵ। ਨਿਗਾਹ ਮਾਰ ਲਓ ਪਹਿਲਾਂ ਬਸ। ਅਤੇ ਫੋਰਡ 3600 ਹੈ ਜੀ, ਪੇਂਟ ਹੋ ਚੁੱਕਿਆ ਹੈਗਾ, ਇਹਦੇ ਮੱਡ ਗਾਰਡ ਪੇਂਟ ਹੋਏ ਪਹਿਲਾਂ ਪਏ ਨੇ, ਛੋਟੇ ਪਾਰਟ ਸਾਰੇ, ਪੈਰਦਾਨ ਵਗੈਰਾ ਪਹਿਲਾਂ ਪੇਂਟ ਹੋਏ ਪਏ ਨੇਗੇ। ਅਤੇ ਹੁਣ ਜਿਹੜਾ ਹੁਣ ਕੰਮ ਕਰਨਾ ਉਹ ਇਕੱਲੇ ਸ਼ੋਅ ਦਾ ਰਹਿ ਗਿਆ, ਸ਼ੋਅ ਵਾਲੇ ਪੱਲੇ ਰਹਿ ਗਏ ਬਸ, ਉੱਪਰਲੇ ਸ਼ੋਅ ਵਾਲੇ ਪੈਨਲ ਪੇਂਟ ਹੋਣ ਤੋਂ ਬਾਅਦ ਤੁਹਾਨੂੰ ਇਹਦੀ ਲੁੱਕ ਦਿਖਾਵਾਂਗੇ ਟਰੈਕਟਰ ਦੀ ਪੂਰੀ ਕੈਮ। ਅਤੇ ਆਇਆ ਜੀ ਫੋਰਡ 3600, ਪੇਂਟ ਹੋ ਚੁੱਕਿਆ ਹੈਗਾ। ਜੇ ਮਕੈਨੀਕਲ ਜੋਬ ਲਈ ਤਾਂ ਟਰੈਕਟਰ ਜਿਵੇਂ ਆਉਂਦੇ ਨੇ ਆਪਣੇ ਕੋਲ, ਇਹ ਟਰੈਕਟਰ ਫੋਰਡ 36 ਨਿਊ ਹੋਲੈਂਡ 3630 ਹੈ, ਮਤਲਬ ਮੇਰੇ, ਮੈਂ ਤਾਂ ਫੋਰਡ ਹੀ ਕਹਿੰਦਾ ਇਹਨੂੰ, ਅਸਲ ਫੋਰਡ ਇਹੀ ਹੈਗਾ ਜਿਹੜਾ ਇੰਡੀਆ ਦੇ ਵਿੱਚ ਹੁਣ ਚੱਲ ਰਿਹਾ। ਅਤੇ 3630 ਆਪਣੇ ਕੋਲ ਪੇਂਟ ਲਈ ਆਇਆ ਸੀਗਾ, ਮਕੈਨੀਕਲ ਕੰਮ ਇਹਦੇ ਸਾਰੇ ਡਨ ਸੀ, ਪਰ ਫਿਰ ਵੀ ਜਿਵੇਂ ਥੋੜ੍ਹੀ ਥੋੜ੍ਹੀ ਚੀਜ਼ਾਂ, ਜਿਵੇਂ ਇੱਕ ਤਾਂ ਇਹਦੀ ਆਹ ਲੀਕ ਸੀਗਾ ਬਾਈ, PTO ਵਾਲੀ ਸੀਲ ਲੀਕ ਸੀਗੀ, ਠੀਕ ਹੈ, ਤੁਹਾਡੇ ਸਾਹਮਣੇ ਹੈਗੀ ਸੀਲ, ਨਵੀਂ ਪਾ ਦਿੱਤੀ ਹੈਗੀ। ਅਤੇ ਉਹ ਤੋਂ ਬਾਅਦ ਥੋੜ੍ਹਾ ਬਹੁਤਾ ਡੀਜ਼ਲ ਕਿਤੇ ਹੋਰ, ਜਿਵੇਂ ਆ ਆਰਬੀਡੋਲ ਵਾਲੇ ਪਾਈਪਾਂ ਪਾਈਆਂ, ਮਾੜੇ ਮੋਟਾ ਲੀਕ ਸੀਗਾ, ਉਹ ਸਾਰੀ ਚੀਜ਼ਾਂ ਇਹਦੀਆਂ ਠੀਕ ਕਰ ਦਿੱਤੀਆਂ ਨੇਗੀਆਂ। ਅਤੇ ਸੈਂਡ ਬਲਾਸਟ ਕਰਤਾ ਸੀ, ਇਹ ਸੈਂਡ ਬਲਾਸਟ ਕਰਨ ਤੋਂ ਬਾਅਦ ਇਹਦੇ ਉੱਤੇ ਪ੍ਰੈਮਰ ਦਾ ਕੋਟ ਬਚ ਚੁੱਕਿਆ, ਪ੍ਰੈਮਰ ਤੋਂ ਬਾਅਦ ਹੁਣ ਥੋੜ੍ਹਾ ਬਹੁਤ ਰਗੜਾਈ ਹਲਕਾ ਫੁਲਕਾ ਇਹਦਾ ਕੰਮ ਚੱਲ ਰਿਹਾ ਹੈਗਾ, ਅਤੇ ਇਹਦੇ ਇਹ ਵੀ ਜਲਦੀ ਪੇਂਟ ਹੋ ਜਾਣੇਗਾ। ਫੋਰਡ 3630 ਵੀ ਛੇਤੀ ਪੇਂਟ ਹੋ ਜਾਣੇ, ਨਿਊ ਹੋਲੈਂਡ 3630। ਤੋਂ ਬਾਅਦ ਬਾਈ ਇੱਧਰ ਫੋਰਡ 3600 ਹੈਗਾ, ਠੀਕ ਹੈ, ਇਹਦੇ ਹਾਲੇ ਕੰਮ ਚੱਲ ਰਿਹਾ ਹੈਗਾ, ਸੈਂਡ ਬਲਾਸਟ ਮਾੜਾ ਮੋਟਾ ਕੀਤਾ ਸੀਗਾ, ਇਹਦਾ ਹਾਲੇ ਕੰਮ ਚੱਲ ਰਿਹਾ ਹੈਗਾ, ਇਹਦੇ ਬਾਅਦ 'ਚ ਨਿਗਾਹ ਬਣਾਵਾਂਗੇ। ਇੱਕ ਆਹ ਫੋਰਡ 3600 ਰੇਡੀ ਹੋਇਆ ਖੜਾ ਹੈਗਾ, ਇਹਦੀ ਡਿਲੀਵਰੀ ਹੈ ਬਾਈ, ਇਹ ਫੋਰਡ 3600 ਰੇਡੀ ਹੋਇਆ ਖੜਾ। ਆਹ ਫੋਰਡ 3620 ਹੈਗਾ, ਜਿਹਦਾ ਗੇਅਰ ਸਾਰਾ ਬੰਨ ਦਿੱਤਾ ਹੈਗਾ, ਅਤੇ ਤੇਲ ਬ੍ਰੇਕਾਂ ਵਗੈਰਾ ਇਹਦੀਆਂ ਆਉਣਗੀਆਂ ਹਲੇ, ਉਦੋਂ ਇਹਦਾ ਬਾਕੀ ਦਾ ਕੰਮ ਚੱਲੂਗਾ। ਨਿਗਾਹ ਮਰਵਾ ਦਿੰਦਾ ਤੁਹਾਡੀ, ਹਾਲਾਤ ਦੇਖ ਲਓ ਫਿਰ। ਗੇਅਰ ਬਣਤਾ ਬਾਈ ਇਹਦਾ ਸਾਰਾ,
ਤੇ ਇਹ ਟਰੈਕਟਰ ਦੀ ਅੱਜ ਕੱਲ ਚ ਡਿਲੀਵਰੀ ਹੈ। ਇਹਦਾ ਵੀ ਮੂਹਰੇ ਅਲਾਈ ਵੀਲ, ਪਾਵਰ ਸਟੀਅਰਿੰਗ, ਡੂਅਲ ਕਲੱਚ, ਤੇਲ ਬ੍ਰੇਕਾਂ, ਉਹੀ ਸਾਰੇ ਕੰਮ, ਮਿਊਜ਼ਿਕ ਸਿਸਟਮ, ਫਾਈਬਰ ਛੱਤਰੀ, ਉਹ ਸਾਰੇ ਕੰਮ ਹੋਏ ਨੇ ਕਿ ਬਾਈ ਹੋਰੀ ਥੋੜ੍ਹਾ ਇਹਦੇ ਹੁਣ ਡਾਊਨ ਸੀਲਿੰਗ ਨੂੰ ਕਿਹਾ ਸੀਗਾ, ਪਰ ਜੇ ਅੱਜ ਕੱਲ੍ਹ ਚ ਡਿਲੀਵਰੀ ਹੋਈ ਫਿਰ ਇਹਦੇ ਡਾਊਨ ਸੀਲਿੰਗ ਨਹੀਂ ਹੋਣੀ ਬਾਈ, ਫਿਰ ਇਹ ਐਂ ਜਾਊਗਾ ਹਲੇ। ਇੱਕ ਬਾਈ ਆ ਨਿਊ ਐਮ ਆਰ ਐਫ ਦੇ, ਨਿਊ ਹੋਲੈਂਡ ਦੇ ਹਾਂ ਟਾਇਰ ਨੇਗੇ, ਟਾਇਰ ਤੁਹਾਡੇ ਸਾਹਮਣੇ ਨੇ, ਦੇਖੋ ਕਿੰਨੀ ਇਹਦੀ ਗੁੱਡੀ ਪਈ ਹੈ। ਐਮ ਆਰ ਐਫ ਦੇ ਟਾਇਰ ਨੇ ਇਹਦੇ, ਅਸੀਂ ਨਵੇਂ ਟਾਇਰ ਪਾਉਣੇ ਨੇ ਬ੍ਰੈਂਡ ਨਿਊ, ਅਤੇ ਜੇ ਕਿਸੇ ਨੂੰ ਇਹ ਟਾਇਰ ਚਾਹੀਦੇ ਨੇਗੇ ਤਾਂ ਟਾਇਰ ਚਾਰੇ ਜੋੜਾ ਐਮ ਆਰ ਐਫ ਦਾ, ਠੀਕ ਹੈ, ਨਵੇਂ ਦਾ ਸਾਰਿਆਂ ਨੂੰ ਰੇਟ ਪਤਾ ਹੀ ਹੈ, ਹੈਗੇ ਇਹ ਵੀ ਜਮ੍ਹਾਂ ਨਵੇਂ ਵਰਗੀ ਨੇ ਬਾਈ, 60-70 ਪੈਸੇ ਤੋਂ ਉੱਪਰ ਹੋਣਗੇ ਬਾਈ। ਜੇ ਕਿਸੇ ਨੇ ਟਾਇਰ ਲੈਣੇ ਨੇ, 16 ਦੇ ਟਾਇਰ ਨੇਗੇ ਸਾਡੇ ਤੋਂ, ਉਹਦੇ 16 ਦੇ ਟਾਇਰ ਨੇਗੇ, ਅੱਜ ਕੱਲ੍ਹ 'ਚ ਲੈ ਕੇ ਜਾ ਸਕਦਾ 7-50-16 ਜਿਹੜਾ ਆਹ ਵਾਲਾ ਟਾਇਰ ਹੈਗਾ, ਅਤੇ ਇੱਧਰਲਾ 16-9-28 ਦਾ ਟਾਇਰ ਹੈਗਾ। ਕੰਡੀਸ਼ਨ ਤੁਹਾਡੇ ਸਾਹਮਣੇ, ਅਸੀਂ ਨਵਾਂ ਟਾਇਰ ਟਰੈਕਟਰ ਤਿਆਰ ਕਰ ਰਹੇ ਹਾਂ ਤਾਂ ਨਵੇਂ ਟਾਇਰ ਪੈਣਗੇ ਇਹਦੇ। ਆਹ ਗੁੱਡੀ ਤੁਹਾਡੇ ਸਾਹਮਣੇ ਐਮ ਆਰ ਐਫ ਦਾ ਟਾਇਰ ਹੈਗਾ, ਜੇ ਕਿਸੇ ਨੇ ਟਾਇਰ ਲੈ ਕੇ ਜਾਣੇ ਹੋਣ ਤਾਂ ਜਲਦੀ ਤੋਂ ਜਲਦੀ ਸਾਡੇ ਤੋਂ ਲੈ ਕੇ ਜਾ ਸਕਦੇ ਨੇ, ਅੱਜ ਕੱਲ੍ਹ 'ਚ ਹੀ ਸੰਪਰਕ ਕਰ ਲਿਓ ਬਾਈ। ਜਿਹੜਾ ਸਮਾਨ ਹੈ ਉਹ ਦਿਖਾਉਣੇ, ਇੱਕ ਤਾਂ ਫਲਾਈ ਵੀਲ ਅਤੇ ਪ੍ਰੈਸ਼ਰ ਪਲੇਟ, ਇਹ ਨਿਊ ਹੋਲੈਂਡ ਨਹੀਂ, ਇਹ ਫੋਰਡ 3600 ਦੀ ਹੈ ਯਾਰ। ਫਾਰਮ ਟਰੈਕ ਜਿਵੇਂ 3620 ਦੇ ਲਾਉਣੀ ਆ, ਫੋਰਡ 3600 ਅਸੀਂ ਡੂਅਲ ਕਲੱਚ ਕਰ ਦਿਆਂਗੇ, ਉਹਨਾਂ ਦੇ ਪੂਰੀ 'ਚ ਪੂਰੀ ਕਿੱਟ ਹੈਗੀ, ਫਲੈਸ਼ ਪ੍ਰੈਸ਼ਰ ਪਲੇਟ ਵੀ ਨਵੀਂ ਅਤੇ ਫਲਾਈ ਵੀਲ ਵੀ ਨਵਾਂ, ਕਲੱਚ ਪਲੇਟ ਵੀ ਨਵੀਂ। ਅਤੇ ਇਹਦੇ ਵਿੱਚ ਕੀ ਹੈ, ਇਹ ਲਿਫਟ ਹੈ ਬਾਈ, ਲਿਫਟ ਡਿਸਟ੍ਰੀਬਿਊਟਰ ਸਾਰਾ ਉਹ ਸਾਰਾ ਜਗਾੜ ਦੇਵਾਂਗਾ। ਅਤੇ ਹੈੱਡਲਾਈਟਾਂ ਕਾਫੀ ਤਰ੍ਹਾਂ ਦੀਆਂ ਆ ਚੁੱਕੀਆਂ ਨੇ, ਕਿ ਜੇ ਤੁਸੀਂ ਨੇ ਕਿਸੇ ਨੇ ਓਰੀਜਨਲ ਈ ਟੋਪ ਵਾਲੀਆਂ ਹੈੱਡਲਾਈਟਾਂ ਲੈਣੀਆਂ ਨੇ ਉਹ ਵੀ ਸਾਡੇ ਕੋਲ ਪਹੁੰਚੀ ਹੋਈ ਨੇ, ਵੈਸੇ ਸਾਡੇ ਟਰੈਕਟਰਾਂ ਵਾਸਤੇ ਜੇ ਕਿਸੇ ਭਰਾ ਨੂੰ ਨਹੀਂ ਮਿਲਦੀ ਤਾਂ ਸਾਡੇ ਤੋਂ ਤੁਸੀਂ ਲੈ ਸਕਦੇ ਹੋਗੇ, ਹਾਈਲੈਕਸ ਦੇ ਲੈਣੇ ਨੇ ਉਹ ਲੈ ਸਕਦੇ ਹੋਗੇ, 3600 ਭੱਜੀ ਜਾਂਦਾ। ਅਤੇ ਬਾਕੀ ਇੰਡੀਕੇਟਰ ਲਾਈਟਾਂ ਵੀ ਆ ਚੁੱਕੀਆਂ ਨੇ, ਹੈੱਡਲਾਈਟਾਂ ਵੀ ਆ ਚੁੱਕੀਆਂ ਨੇਗੀਆਂ, ਆਹ ਤੁਹਾਡੇ ਸਾਹਮਣੇ ਜਿਹੜਾ ਸਮਾਨ ਹੈ, ਗੁੜਕੇ ਮਡਗਾਟਾਂ ਦੇ ਵਿੱਚ ਨੀਚੇ ਜਿਹੜੇ ਗੁੜਕੇ ਲੱਗਦੇ ਨੇਗੇ, ਜੇ ਗੁੜਕੇ ਲੈਣਾ ਚਾਹੁੰਦੇ ਹੋਗੇ ਮਡਗੜ ਉੱਚੇ ਕਰਨ ਵਾਸਤੇ, ਕਲਾਸਿਕ ਵਾਲੇ ਮਡਗੜਾਂ ਦੇ ਉਹ ਵੀ ਆਏ ਹੋਏ ਨੇਗੇ। ਅਤੇ ਹੋਰ ਬਹੁਤ ਸਾਰਾ, ਇਹ ਅਲਟੀਨੇਟਰ ਕਵਰ, ਅਲਟੀਨੇਟਰ ਦੇ ਕਵਰ ਨੇਗੇ, ਬਹੁਤ ਸਾਰਾ ਸਮਾਨ ਹੈ ਯਾਰ, ਜੇ ਮੈਂ ਹੁਣ ਹੈ ਨਾ ਦਿਖਾਉਣ ਬੈਠ ਜਾਈਏ, ਕਾਫੀ ਕੁਛ ਹੈਗਾ। ਅਤੇ ਟੈਂਕੀਆਂ ਵੀ ਨਵੀਆਂ ਆ ਚੁੱਕੀਆਂ ਨੇ, ਬ੍ਰੈਂਡ ਨਿਊ ਟੈਂਕੀਆਂ, ਜੇ ਕਿਸੇ ਨੇ ਫੋਰ 3600 ਦੇ ਫਲੂਟ ਵਾਲੀ ਟੈਂਕੀ ਲਾਉਣੀ ਹੈ ਉਹ ਸਾਡੇ ਤੋਂ ਤੁਸੀਂ ਲੈ ਕੇ ਜਾ ਸਕਦੇ ਹੋਗੇ। ਇਹ 36 ਇਹ ਵੀ ਫਾਰਮ ਟਰੈਕ ਵਾਲੀ ਹੈ, ਫੋਰ 3600 ਦੇ ਲੱਗਣੀ ਜੀ। ਆਪਣੇ ਹੁਣ ਛੋਟੇ ਛੋਟੇ ਜਵਾਨ, ਛੋਟੇ ਛੋਟੇ ਦੋ ਸਿੱਧੂ ਮੂਸੇ ਵਾਲੇ ਆਏ ਹੋਏ ਨੇਗੇ, ਅਤੇ ਇਹਨਾਂ ਨੇ ਕਾਲ ਕੀਤੀ ਆਪਣਾ ਭਰਾ ਜੱਸੀ, ਅਤੇ ਜੱਸੀ ਭਰਾ ਦੇ ਬੇਟੇ ਨੇ, ਕਿ ਕਹਿੰਦੇ ਇਹਨਾਂ ਨੇ ਮੇਰੀ ਜਾਨ ਖਾਰ ਕੇ ਬੜਾ, ਦੱਸੀ ਕੀ ਕੀਤਾ ਹੋਇਆ ਸੀ ਇਹਨਾਂ ਨੇ ਘਰੇ। ਬਿਲਕੁਲ, ਤਕਰੀਬਨ ਇੱਕ ਹਫ਼ਤਾ ਹੋ ਗਿਆ ਜੀ, ਮੈਂ ਘਰੇ ਲੇਟ ਫੇਟ ਆਉਣਾ, ਤਾਂ ਵੀ ਜੇ ਮੈਨੂੰ ਦਿਨ 'ਚ ਫੋਨ ਕਰਕੇ ਵੀ 2-3 ਦਿਨ ਵੀ ਬਾਈ ਅਸੀਂ ਬਾਈ ਸਿੱਧੂ ਨੂੰ ਮਿਲ ਕੇ ਆਉਣਾ ਜਿਹੜਾ ਯੂਥ ਪਾਵਰ ਵਾਲਾ, ਮੈਂ ਕਿਹਾ ਤੁਹਾਨੂੰ ਕਿਉਂ ਮਿਲਣਾ, ਕਹਿੰਦੇ ਜੀ ਅਸੀਂ ਉਹਨਾਂ ਦੇ ਜਿਹੜੀ ਵੀਡੀਓ ਦੇਖਦੇ ਹਾਂ, ਉਹਨਾਂ ਦੇ ਕੰਮ ਕਰੇ ਹੋਏ ਨੇ, ਵੀ ਉਹਨਾਂ ਤੋਂ ਅਸੀਂ ਪ੍ਰੇਰਿਤ ਹਾਂ, ਅਸੀਂ ਉਹਨਾਂ ਵਾਂਗੂ ਹੀ ਕੰਮ ਕਰਨਾ ਚਾਹੁੰਦੇ ਹਾਂ, ਵੀ ਅਸੀਂ ਉਹਨਾਂ ਨੂੰ ਮਿਲ ਕੇ ਆਉਣਾ। ਫਿਰ ਅੱਜ ਬਾਰਿਸ਼ ਵੀ ਪੈ ਰਹੀ ਸੀ, ਥੋੜ੍ਹਾ ਜਿਹਾ ਕੰਮ ਕਾਰ ਘੱਟ ਸੀ, ਮੈਨੂੰ ਕਹਿੰਦੇ ਆ ਡੈਡੀ ਅੱਜ ਤੁਸੀਂ ਵਿਹਲੇ ਹੋ ਅਤੇ ਮਿਲਾ ਕੇ ਲਿਆਓ, ਫਿਰ ਮੈਂ ਤੁਹਾਨੂੰ ਕਾਲ ਕੀਤੀ, ਚਲੋ ਤੁਸੀਂ ਕਿਹਾ ਵੀ ਆ ਜਾਓ ਯਾਰ, ਅਤੇ ਨਾਲ ਦੀ ਨਾਲ ਬਾਈ ਇਹਨਾਂ ਨੂੰ ਲਿਆਇਆ ਤੁਹਾਡੇ ਸਾਹਮਣੇ। ਅਤੇ ਹਾਂਜੀ, ਪਹਿਲਾਂ ਤਾਂ ਹੁਣ ਨਾਮ ਦੱਸੋ, ਪਹਿਲਾਂ ਤਾਂ ਗੁਰਨੂਰ ਸਿੰਘ, ਗੁਰਨੂਰ ਸਿੰਘ ਕਿਹੜੀ ਕਲਾਸ 'ਚ ਪੜ੍ਹਦੇ ਹੋ? 6th ਕਲਾਸ ਸਕੂਲ ਪ੍ਰਿੰਸਵਾਲ ਸ਼ਿਸ਼ਨਿਕੇਤਨ ਹਾਈ ਸਕੂਲ। ਹਾਂਜੀ, ਤੁਸੀਂ? ਮੇਰਾ ਨਾਮ ਗੁਰਧਿਆਨ ਸਿੰਘ। ਹਾਂਜੀ, ਸਿੱਧੂ ਬੂਸੇ ਵਾਲਾ ਹਾਇਆ ਬੂਸਾ ਹੈ ਨਾ ਆਪਣੇ ਕੋਲ, ਮੈਂ ਕਿਹਾ ਸਿੱਧੂ ਬੂਸੇ ਵਾਲਾ ਨਾਮ ਰੱਖ ਲੈਂਦੇ ਆਪਾਂ। ਤੇ ਦਿਖਾਈਏ ਮੋਟਰਸਾਈਕਲ ਫਿਰ ਤੁਹਾਨੂੰ, ਚਾਹ ਪਾਣੀ ਪੀ ਲਿਆ ਬਾਈ, ਹੁਣ ਅਸੀਂ ਮੁੰਡਿਆਂ ਨੂੰ ਮੋਟਰਸਾਈਕਲ ਦਿਖਾ ਲਈਏ। ਵੀਡੀਓ 'ਚ ਚੰਗੀ ਤਰ੍ਹਾਂ ਦੇਖਿਆ ਸੀ, ਇਹ ਮੇਰਾ ਪਹਿਲਾਂ 2007 'ਚ ਮੈਂ ਕਰਿਜ਼ਮਾ ਲਿਆ ਸੀ ਨਵਾਂ, ਉਦੋਂ ਇਹਦੀ ਚੜਾਈ ਸੀ, ਉਦੋਂ ਦਾ ਹਾਇਆ ਬੂਸਾ ਦੇ ਬਰਾਬਰ ਹੀ ਹੈ, ਉਸ ਟਾਈਮ ਇਹੀ ਹਾਇਆ ਬੂਸਾ ਸੀ। ਹਾਂ, ਲੈ ਫਿਰ ਮੁੰਡਿਆਂ ਨੂੰ ਹਾਇਆ ਬੂਸਾ ਵੀ ਦਿਖਾ ਦਈਏ ਯਾਰ, ਲੈ ਵੀ ਦੇਖ ਹਾਇਆ ਬੂਸਾ ਕਿਆ ਕੀ ਹੈ, ਟਾਇਰ ਹੈ ਕਹਿੰਦਾ, ਟਾਇਰ ਹੈ ਕੁਝ ਹੋਰ ਹੈ। ਹਾਂਜੀ, ਜੋ ਕਰ ਦੋ ਬਈ। ਅੱਛਾ, ਰੇਸ ਜੋਲਾ ਵੱਡਾ ਹੈ, ਦੇਖਾ, ਬੈਠ ਜਾ, ਸਟੈਂਡ ਲੱਗਿਆ ਹੋਇਆ, ਬੈਠ ਜਾ, ਬਹਿ ਜਾ, ਬਹਿ ਜਾ, ਕਹਿੰਦਾ ਟਾਇਰ ਹੈ ਕੁਝ ਹੋਰ ਹੈ। ਸਹੀ ਆ, ਹਾਂ ਵੇਖ ਕੇ ਤਰੋਣੇ, ਤਿੰਨ ਸੌ ਬਾਰਾਂ ਤੇ ਵਗ ਜਾਂਦਾ, ਹੋਰ 300 ਤੇ ਲੱਗ ਜਾਂਦਾ, 6 ਸਕਿੰਟ ਚ 200 ਤੇ ਲੱਗ ਜਾਂਦਾ।
हले तू वड्डा होएगा जदों तू 6 फुट दा हो गया फिर ते रेस ना दियो ठीक है ना न्यूट लिया कट दे क्लच दबला दबला ਕਰਦਾ ਚੱਲ ਦੇਲਾ 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 ਹੁਣ ਤੇਰਾ ਵੀ ਜਾ ਪੂਰਾ ਦੇ ਥੋੜੀ ਦੇ ਜਮਾ ਥੋੜੀ ਜੀ लाइव गेम मेन चैनल अपने चल थो फोटो भी दिखाने चलो आज ਜਿਵੇਂ ਪਹਿਲਾਂ ਪਹਿਲਾਂ ਤੈਨੂੰ ਮੋਟਰਸਾਈਕਲ ਦਾ ਟਾਇਰ ਮੋਟਾ ਲਾ ਤੂੰ ਹੀ ਛੋਟਾ ਵਾਲਾ ਹੈ ਤੂੰ ਹੀ ਵਾਲਾ ਛੋਟਾ ਹੈ ਭੈਣਾ ਟਰੈਕਟਰ ਨਹੀਂ ਇਹ ਤਾਂ ਮੋਸਟਰ ਟਰੱਕ ਹੈਗਾ ਲੈ ਹੁਣ ਦੋਨਿਆਂ ਨੇ ਬੈਠੋ ਜਿਹੜਾ ਤੁਹਾਡਾ ਇਹ ਬੰਦੇ ਸਿੱਧੂ ਨੂੰ ਮਿਲੇ ਇਹ ਦੋਨੇ ਜਵਾਨ ਬਾਈ ਐ ਨਾਲ ਵੀ ਮੈਂ ਇਹਨਾਂ ਨੂੰ ਕਿਸਮਤ ਵਾਲੇ ਕਹੂੰਗਾ ਜਿਹੜੇ ਸਿੱਧੂ ਮੂਸੇ ਵਾਲੇ ਨੂੰ ਮਿਲੇ ਹੋਏ ਨੇਗੇ ਤੇ ਜਦੋਂ ਮਿਲੇ ਠੀਕ ਹੈ ਮਾਨਸਾ ਮਿਲੇ ਸੀ ਇਹ ਇਲੈਕਸ਼ਨ ਟਾਈਮ ਮਿਲੇ ਸੀਗੇ ਸਿੱਧੂ ਮੂਸੇ ਵਾਲੇ ਨੂੰ ਤੇ ਉਸ ਤੋਂ ਬਾਅਦ ਹੀ ਇਹਨਾਂ ਨੇ ਕੇਸ ਰੱਖੇ ਨੇਗੇ ਉਸ ਤੋਂ ਬਾਅਦ ਹੀ ਇਹ ਪੱਗ ਬੰਨਣ ਲੱਗੇ ਨੇ ਤੇ ਯਾਦ ਹੈ ਤੁਹਾਨੂੰ ਜਦ ਤੁਸੀਂ ਸਿੱਧੂ ਮੂਸੇ ਨੂੰ ਮਿਲੇ ਸੀਗੇ ਹਾਂਜੀ ਕੀ ਗੱਲ ਹੋਈ ਸੀ ਉਦੋਂ ਤੁਹਾਡੀ ਕਿੱਥੇ ਗਏ ਸੀ ਤੁਸੀਂ ਕਿੱਥੇ ਮਿਲੇ ਸੀਗੇ ਦੱਸੋ ਮਾਨਸਾ ਦੀ ਪੁਰਾਣੀ ਮੰਡੀ 'ਚ ਮਾਨਸਾ ਦੀ ਪੁਰਾਣੀ ਮੰਡੀ 'ਚ ਮਿਲੇ ਸੀਗੇ ਹਾਂਜੀ ਤੇ ਕੀ ਸਿੱਧੂ ਕੀ ਕਰ ਰਿਹਾ ਸੀ ਉਸ ਟਾਈਮ ਉਸ ਟਾਈਮ ਉਹ ਦੁਕਾਨ 'ਚ ਉਹਦੇ ਬਾਹਰ 'ਚ ਐਂਟਰ ਜੇ ਹੋ ਰਿਹਾ ਸੀ ਬਾਹਰ ਜੇ ਇਹਦੇ ਅੱਛਾ ਉਹਦੋਂ ਨਾ ਫਿਰ ਆਪਾਂ ਨੇ ਜਦੋਂ ਉੱਥੇ ਗਏ ਉਹਦੇ ਨਾਲ ਪਿੱਛੇ ਬਸ ਕਿਸੇ ਨੇ ਰੌਲਾ ਪਾਤਾ ਕਹਿੰਦੇ ਵਿੱਚੋਂ ਚੰਨੀ ਆ ਗਈ ਚੰਨੀ ਆ ਗਿਆ ਮੇਰੇ ਪਰ ਮੂਸੇ ਵਾਲਾ ਵੀ ਥੋੜਾ ਸ਼ੌਕ ਜਾਊਗਾ ਕਹਿੰਦੇ ਵਿੱਚੋਂ ਚੰਨੀ ਆ ਗਿਆ ਹਾਂ ਹਾਂ ਜਦੋਂ ਆਪਾਂ ਫਿਰ ਉੱਥੇ ਉਹ ਪਿੱਛੋਂ ਫਿਰ ਜਦ ਆਪਾਂ ਜਦੋਂ ਮਿਲਣ ਗਏ ਔਰ ਉਹ ਕਹਿੰਦੇ ਕਹਿੰਦੇ ਕਿੱਥੋਂ ਉਹ ਤੋਂ ਆਪਾਂ ਕਹਿੰਦੇ ਸੰਗਰੂਰੋਂ ਤੇ ਨਾਲ ਫਿਰ ਤੇ ਇੱਕ ਫੋਟੋ ਬਣਦੀ ਆ ਹੁਣ ਅੱਛਾ ਸੰਗਰੂਰ ਵਾਲਾ ਨਾਲ ਫੋਟੋ ਖੁਸ਼ ਹੋ ਗਿਆ ਸੰਗਰੂਰ ਵਾਲੇ ਨੂੰ ਮਿਲ ਕੇ ਫਿਰ ਉਸ ਤੋਂ ਬਾਅਦ ਕਹਿੰਦੇ ਕਿ ਕਹਿੰਦੇ ਮੇਰੇ ਗਾਣੇ ਭਾਵੇਂ ਘੱਟ ਸੁਣ ਲਿਓ ਹਾਂ ਪਰ ਬਾਲਾ ਕੇ ਨਹੀਂ ਕਟਾਣੇ ਅੱਛਾ ਪੱਗ ਬੰਨਦੇ ਰਹਿਣੀ ਆ ਪੱਗ ਬੰਨਦੀ ਰਹਿਣੀ ਆ ਤੇ ਬਾਲਾਂ ਦੀ ਕੈਂਚੀ ਨਹੀਂ ਲਾਉਣੀ ਹਾਂਜੀ ਇਹ ਵਰਡ ਉਹਨੇ ਬੋਲੇ ਸੀਗੇ ਹਾਂਜੀ ਫਿਰ ਉਸ ਤੋਂ ਬਾਅਦ ਉਹਨੇ ਉੱਥੇ ਕੀ ਕੀਤਾ अज कल फिर हम बाल पूरी पग बन चढ़ाई स्कूल वैसे यकीन करने वाली गल है नहीं यकीन नहीं होंगे भी इस टाइम इस दुनिया च नहीं है पर किन्ने जवाकों नूं किन्ने जवाकों नूं करके गए जिहड़े मेरे दादा जी मेरे फादर लई नहीं कर सके हां मेरे मतलब भी एवें नहीं भी ओह करना नहीं चाहुंदे सी हां ਕਰ ਮਤਲਬ ਇੱਕ ਸਮੇਂ ਦੇ ਹਿਸਾਬ ਨਾਲ ਐਸੀ ਐਸੀ ਮੰਨਣ ਵਾਲੇ ਕਿਹੜਾ ਹੈਗੇ ਸੀ ਜਿੰਨੇ ਵਾਲੇ ਹਾਂ ਯਾਨੀ ਕਿ ਉਹ ਸਮੇਂ ਇਹੋ ਜਿਹਾ ਸੀਗਾ ਹਾਂ ਵੀ ਆਪਾਂ ਮੋਨੇ ਰਹੇ ਪੜਾਈ ਦਾ ਬਹੁਤ ਵੱਡਾ ਫਰਕ ਸੀ ਹਾਂ ਵੀ ਜਿਹੜਾ ਕੁਝ ਉਹ ਨਹੀਂ ਕਰ ਸਕੇ ਹਾਂ ਹਾਂ ਮੇਰੇ ਬੱਚਿਆਂ ਲਈ ਮੇਰੇ ਦੋਨੋਂ ਬੇਟਿਆਂ ਲਈ ਸਿੱਧੂ ਮੂਸੇ ਵਾਲਾ ਕਰ ਗਿਆ ਸਹੀ ਗੱਲ ਤੇ ਮੈਂ ਤਾਂ ਕਹਿੰਦਾ ਵੀ ਉਹ ਕਹਿੰਦੇ ਨੇ ਵੀ ਦੁਨੀਆ ਤੋਂ ਚਲਾ ਗਿਆ ਪਰ ਉਹ ਦੁਨੀਆ ਤੋਂ ਜਾਣਾ ਨਹੀਂ ਉਹ ਅਮਰ ਹੋ ਗਿਆ ਤੇ ਅਮਰ ਹੀ ਰਹਿਣਾ ਅਮਰ ਹੀ ਰਹਿਣਾ ਦੇਖੋ ਇਹਨਾਂ ਇਹਨਾਂ ਵਰਗੇ ਇਹਨਾਂ ਦੇ ਰੂਪ 'ਚ ਰਹਿਣਾ ਇਹਨਾਂ ਨੂੰ ਕੁਝ ਕਹਿ ਕੇ ਗਿਆ ਸੀਗਾ ਵੀ ਮੇਰੇ ਗਾਣੇ ਘੱਟ ਸੁਣ ਲਿਓ ਪਰ ਪੱਗ ਬਾਲਾਂ ਤੇ ਕੈਂਚੀ ਨਹੀਂ ਲੱਗਣੀ ਚਾਹੀਦੀ ਹਾਂ ਬਿਲਕੁਲ ਜੀ ਤੇ ਬੰਦਿਆਂ ਨੇ ਬਾਈ ਰੱਖ ਲਈ ਤੇ ਫੋਟੋ ਅੱਗੇ ਦੇਖੋ ਤੁਸੀਂ ਜਵਾਕਾਂ ਦੀ ਬਿਲਕੁਲ ਕਰ ਰਹਾ ਤੇ ਇੱਕ ਕੱਲੇ ਕੱਲੇ ਕਰ ਲਓ ਆ ਵੀ ਕੱਲੇ ਕੱਲੇ
चले जी मुंडे बाय अपडेट कमां दी ते नाल बने रहो चैनल सबसक्राइब करके रखो ते आने वाले टाइम दे विच वधिया वधिया कमां होर दिखाउणे तुहानूं फोड़ पुराने जिन्हें बेचने ने पुराना जिन्हें अपना कोई लभना है या कोई फोड़ 3000 लेना चाहुंदा है साडे नाल संपर्क कर सकदे हो भाई बुक करा सकदे हो कोई लभना बहुत औखा है भाई फोड़ 3000 ना राजस्थान कनी लैके आना पैंदा है फिर भी असीं कोशिश कर लांगे थोड़े वास्ते लभण दी कोशिश कर लांगे जे किसे नूं 3000 चाहिंदा है पर उस हिसाब नाल जिहड़ा कोई इंटरस्टड है भाई बंदा जिहड़ा लैना चाहुंदा सिर्फ उह संपर्क करियो ते मन के चलो भी लख सवा लख रुपए का ट्रैक्टर मिलना फोड़ 3000 इतना प्यार बनी रखो अगली वीडियो च मिलता दिलों धन्यवाद तुहाडा सारयां दा जिन्हें साडा चैनल सबसक्राइब किया होगा तो अगली वीडियो बहुत ज़्यादा बिजी चल रहे हैं भाई सारे पास ना अगली वीडियो के घैंट घैंट गल्लां बातें सांझी करांगे तो घैंट घैंट वीडियो बनाने लग रहे हैं अगलिया ट्रैक्टर मंडी बहुत सारी वीडियो आएंगी 25-30 वीडियो आएंगी घट्टो घट्ट ओके भाई।